ਰੰਗੇ ਹੱਥੀ ਫੜਿਆ ਗਿਆ ਰਿਸ਼ਵਤ ਲੈਂਦਾ ਪਟਵਾਰੀ। 10,000 ਦੀ ਨਕਦੀ ਨਾਲ ਵਿਜੀਲੈਂਸ ਨੇ ਕੀਤਾ ਕਾਬੂ। ਪਹਿਲਾਂ ਵੀ ਸ਼ਖਸ ਤੋਂ ਲੈ ਚੁੱਕਿਆ ਸੀ 10,000 ਰੁਪਏ। ਦੱਸਦੇ ਕਿ ਵਿਜੀਲੈਂਸ ਦੀ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤੇ ਇਸ ਦਰਮਿਆਨ ਉਹਨਾਂ ਵੱਲੋਂ ਇੱਕ ਪਟਵਾਰੀ ਨੂੰ ਰੰਗੇ ਹੱਥੀ ਫੜਿਆ ਗਿਆ ਤੇ ਜਦ ਇਸ ਵੱਲੋਂ 10,000 ਰੁਪਏ ਦੀ ਰਿਸ਼ਵਤ ਲਈ ਜਾ ਰਹੀ ਸੀ ਤਾਂ ਮੌਕੇ ਤੇ ਹੀ ਵਿਜੀਲੈਂਸ ਦੀ ਟੀਮ ਇਸ ਪਟਵਾਰੀ ਨੂੰ ਕਾਬੂ ਕਰ ਲੈਂਦੀ ਹੈ ਤੇ ਇਸ ਦਾ ਦੂਸਰਾ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ। ਦੱਸਦੇ ਕਿ ਇਸ ਵੱਲੋਂ ਪਹਿਲਾਂ ਵੀ ਰਿਸ਼ਵਤ ਲਈ ਗਈ ਸੀ ਤੇ ਹੁਣ ਫਿਰ 10,000 ਰੁਪਏ ਦੀ ਮੰਗ ਕੀਤੀ ਗਈ ਸੀ। ਦੱਸਦੇ ਕਿ ਪੂਰਾ ਮਾਮਲਾ ਬਠਿੰਡੇ ਦਾ ਦੱਸਿਆ ਜਾ ਰਿਹਾ ਜਿੱਥੇ ਕਲਿਆਣ ਸੁੱਖਾ ਦਾ ਰਹਿਣ ਵਾਲਾ ਇਹ ਪਟਵਾਰੀ ਜਿਸਨੇ ਆਪਣੀ 2 ਕਨਾਲ ਜ਼ਮੀਨ ਦੂਸਰੇ ਸ਼ਖਸ ਨੂੰ ਟ੍ਰਾਂਸਫਰ ਕਰਨੀ ਸੀ ਤਾਂ ਇਸ ਸੰਬੰਧੀ ਪਟਵਾਰੀ 12,000 ਰੁਪਏ ਦੀ ਮੰਗ ਕਰਦਾ ਹੈ, ਫਿਰ ਸੌਦਾ 10,000 ਦੇ ਵਿੱਚ ਤੈਅ ਹੋ ਜਾਂਦਾ ਹੈ। ਉਸ ਸ਼ਖਸ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਪਟਵਾਰੀ ਨੇ ਕੁਝ ਦਿਨਾਂ ਪਹਿਲਾਂ ਵੀ ਉਸ ਤੋਂ ਕੁਝ ਪੈਸਿਆਂ ਦੀ ਰਿਸ਼ਵਤ ਲਈ ਸੀ ਤੇ ਫਿਰ ਇਸ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਮੌਕੇ ਤੇ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ ਤੇ ਇਸ ਨੂੰ ਰੰਗੇ ਹੱਥੀ ਫੜ ਲੈਂਦੀ ਹੈ, ਜਦਕਿ ਇਸਦਾ ਦੂਸਰਾ ਸਾਥੀ ਫਰਾਰ ਹੈ ਤੇ ਇਹਨਾਂ ਦੋਨਾਂ ਵੱਲੋਂ ਮਿਲ ਕੇ ਹੀ ਇਹ ਰਕਮ ਤੈਅ ਕੀਤੀ ਜਾਂਦੀ ਹੈ ਤੇ ਇਹਨਾਂ ਵੱਲੋਂ ਹੀ ਇਹ ਜ਼ਮੀਨ ਟ੍ਰਾਂਸਫਰ ਕੀਤੀ ਜਾਣੀ ਸੀ, ਪਰ ਮੌਕੇ ਤੇ ਇੱਕ ਪਟਵਾਰੀ ਨੂੰ ਵਿਜੀਲੈਂਸ ਦੀ ਟੀਮ ਫੜ ਲੈਂਦੀ ਹੈ ਜਦਕਿ ਦੂਸਰਾ ਸਾਥੀ ਇਸਦਾ ਫਰਾਰ ਦੱਸਿਆ ਜਾ ਰਿਹਾ ਹੈ। ਰੰਗੇ ਹੱਥੀ ਫੜਿਆ ਗਿਆ ਰਿਸ਼ਵਤ ਲੈਂਦਾ ਪਟਵਾਰੀ, 10,000 ਦੀ ਨਕਦੀ ਨਾਲ ਵਿਜੀਲੈਂਸ ਨੇ ਕੀਤਾ ਕਾਬੂ। ਪਹਿਲਾਂ ਵੀ ਸ਼ਖਸ ਤੋਂ ਲੈ ਚੁੱਕਿਆ ਸੀ 10,000 ਰੁਪਏ। ਦੱਸਦੇ ਕਿ ਵਿਜੀਲੈਂਸ ਦੀ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤੇ ਇਸ ਦਰਮਿਆਨ ਉਹਨਾਂ ਵੱਲੋਂ ਇੱਕ ਪਟਵਾਰੀ ਨੂੰ ਰੰਗੇ ਹੱਥੀ ਫੜਿਆ ਗਿਆ ਤੇ ਜਦ ਇਸ ਵੱਲੋਂ 10,000 ਰੁਪਏ ਦੀ ਰਿਸ਼ਵਤ ਲਈ ਜਾ ਰਹੀ ਸੀ ਤਾਂ ਮੌਕੇ ਤੇ ਹੀ ਵਿਜੀਲੈਂਸ ਦੀ ਟੀਮ ਇਸ ਪਟਵਾਰੀ ਨੂੰ ਕਾਬੂ ਕਰ ਲੈਂਦੀ ਹੈ ਤੇ ਇਸਦਾ ਦੂਸਰਾ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ। ਦੱਸਦੇ ਕਿ ਇਸ ਵੱਲੋਂ ਪਹਿਲਾਂ ਵੀ ਰਿਸ਼ਵਤ ਲਈ ਗਈ ਸੀ ਤੇ ਹੁਣ ਫਿਰ 10,000 ਰੁਪਏ ਦੀ ਮੰਗ ਕੀਤੀ ਗਈ ਸੀ। ਦੱਸਦੇ ਕਿ ਪੂਰਾ ਮਾਮਲਾ ਬਠਿੰਡੇ ਦਾ ਦੱਸਿਆ ਜਾ ਰਿਹਾ ਜਿੱਥੇ ਕਲਿਆਣ ਸੁੱਖਾ ਦਾ ਰਹਿਣ ਵਾਲਾ ਇਹ ਪਟਵਾਰੀ ਜਿਸਨੇ ਆਪਣੀ 2 ਕਨਾਲ ਜ਼ਮੀਨ ਦੂਸਰੇ ਸ਼ਖਸ ਨੂੰ ਟ੍ਰਾਂਸਫਰ ਕਰਨੀ ਸੀ ਤਾਂ ਇਸ ਸੰਬੰਧੀ ਪਟਵਾਰੀ 12,000 ਰੁਪਏ ਦੀ ਮੰਗ ਕਰਦਾ ਹੈ, ਫਿਰ ਸੌਦਾ 10,000 ਦੇ ਵਿੱਚ ਤੈਅ ਹੋ ਜਾਂਦਾ ਹੈ। ਉਸ ਸ਼ਖਸ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਪਟਵਾਰੀ ਨੇ ਕੁਝ ਦਿਨਾਂ ਪਹਿਲਾਂ ਵੀ ਉਸ ਤੋਂ ਕੁਝ ਪੈਸਿਆਂ ਦੀ ਰਿਸ਼ਵਤ ਲਈ ਸੀ ਤੇ ਫਿਰ ਇਸ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਮੌਕੇ ਤੇ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ ਤੇ ਇਸ ਨੂੰ ਰੰਗੇ ਹੱਥੀ ਫੜ ਲੈਂਦੀ ਹੈ, ਜਦਕਿ ਇਸਦਾ ਦੂਸਰਾ ਸਾਥੀ ਫਰਾਰ ਹੈ ਤੇ ਇਹਨਾਂ ਦੋਨਾਂ ਵੱਲੋਂ ਮਿਲ ਕੇ ਹੀ ਇਹ ਰਕਮ ਤੈਅ ਕੀਤੀ ਜਾਂਦੀ ਹੈ ਤੇ ਇਹਨਾਂ ਵੱਲੋਂ ਹੀ ਇਹ ਜ਼ਮੀਨ ਟ੍ਰਾਂਸਫਰ ਕੀਤੀ ਜਾਣੀ ਸੀ, ਪਰ ਮੌਕੇ ਤੇ ਇੱਕ ਪਟਵਾਰੀ ਨੂੰ ਵਿਜੀਲੈਂਸ ਦੀ ਟੀਮ ਫੜ ਲੈਂਦੀ ਹੈ ਜਦਕਿ ਦੂਸਰਾ ਸਾਥੀ ਇਸਦਾ ਫਰਾਰ ਦੱਸਿਆ ਜਾ ਰਿਹਾ ਹੈ। ਰੰਗੇ ਹੱਥੀ ਫੜਿਆ ਗਿਆ ਰਿਸ਼ਵਤ ਲੈਂਦਾ ਪਟਵਾਰੀ, 10,000 ਦੀ ਨਕਦੀ ਨਾਲ ਵਿਜੀਲੈਂਸ ਨੇ ਕੀਤਾ ਕਾਬੂ। ਪਹਿਲਾਂ ਵੀ ਸ਼ਖਸ ਤੋਂ ਲੈ ਚੁੱਕਿਆ ਸੀ 10,000 ਰੁਪਏ। ਦੱਸਦੇ ਕਿ ਵਿਜੀਲੈਂਸ ਦੀ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤੇ ਇਸ ਦਰਮਿਆਨ ਉਹਨਾਂ ਵੱਲੋਂ ਇੱਕ ਪਟਵਾਰੀ ਨੂੰ ਰੰਗੇ ਹੱਥੀ ਫੜਿਆ ਗਿਆ ਤੇ ਜਦ ਇਸ ਵੱਲੋਂ 10,000 ਰੁਪਏ ਦੀ ਰਿਸ਼ਵਤ ਲਈ ਜਾ ਰਹੀ ਸੀ ਤਾਂ ਮੌਕੇ ਤੇ ਹੀ ਵਿਜੀਲੈਂਸ ਦੀ ਟੀਮ ਇਸ ਪਟਵਾਰੀ ਨੂੰ ਕਾਬੂ ਕਰ ਲੈਂਦੀ ਹੈ ਤੇ ਇਸਦਾ ਦੂਸਰਾ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ। ਦੱਸਦੇ ਕਿ ਇਸ ਵੱਲੋਂ ਪਹਿਲਾਂ ਵੀ ਰਿਸ਼ਵਤ ਲਈ ਗਈ ਸੀ ਤੇ ਹੁਣ ਫਿਰ 10,000 ਰੁਪਏ ਦੀ ਮੰਗ ਕੀਤੀ ਗਈ ਸੀ। ਦੱਸਦੇ ਕਿ ਪੂਰਾ ਮਾਮਲਾ ਬਠਿੰਡੇ ਦਾ ਦੱਸਿਆ ਜਾ ਰਿਹਾ ਜਿੱਥੇ ਕਲਿਆਣ ਸੁੱਖਾ ਦਾ ਰਹਿਣ ਵਾਲਾ ਇਹ ਪਟਵਾਰੀ ਜਿਸਨੇ ਆਪਣੀ 2 ਕਨਾਲ ਜ਼ਮੀਨ ਦੂਸਰੇ ਸ਼ਖਸ ਨੂੰ ਟ੍ਰਾਂਸਫਰ ਕਰਨੀ ਸੀ ਤਾਂ ਇਸ ਸੰਬੰਧੀ ਪਟਵਾਰੀ 12,000 ਰੁਪਏ ਦੀ ਮੰਗ ਕਰਦਾ ਹੈ, ਫਿਰ ਸੌਦਾ 10,000 ਦੇ ਵਿੱਚ ਤੈਅ ਹੋ ਜਾਂਦਾ ਹੈ। ਉਸ ਸ਼ਖਸ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਪਟਵਾਰੀ ਨੇ ਕੁਝ ਦਿਨਾਂ ਪਹਿਲਾਂ ਵੀ ਉਸ ਤੋਂ ਕੁਝ ਪੈਸਿਆਂ ਦੀ ਰਿਸ਼ਵਤ ਲਈ ਸੀ ਤੇ ਫਿਰ ਇਸ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਮੌਕੇ ਤੇ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ ਤੇ ਇਸ ਨੂੰ ਰੰਗੇ ਹੱਥੀ ਫੜ ਲੈਂਦੀ ਹੈ, ਜਦਕਿ ਇਸਦਾ ਦੂਸਰਾ ਸਾਥੀ ਫਰਾਰ ਹੈ ਤੇ ਇਹਨਾਂ ਦੋਨਾਂ ਵੱਲੋਂ ਮਿਲ ਕੇ ਹੀ ਇਹ ਰਕਮ ਤੈਅ ਕੀਤੀ ਜਾਂਦੀ ਹੈ ਤੇ ਇਹਨਾਂ ਵੱਲੋਂ ਹੀ ਇਹ ਜ਼ਮੀਨ ਟ੍ਰਾਂਸਫਰ ਕੀਤੀ ਜਾਣੀ ਸੀ, ਪਰ ਮੌਕੇ ਤੇ ਇੱਕ ਪਟਵਾਰੀ ਨੂੰ ਵਿਜੀਲੈਂਸ ਦੀ ਟੀਮ ਫੜ ਲੈਂਦੀ ਹੈ ਜਦਕਿ ਦੂਸਰਾ ਸਾਥੀ ਇਸਦਾ ਫਰਾਰ ਦੱਸਿਆ ਜਾ ਰਿਹਾ ਹੈ।